ਹਿੰਦੁਸਤਾਨ ਦਾ ਜਿਹੜਾ ਮਸ਼ਹੂਰ ਰਸਾਲਾ ਹੈ ਮੈਗਜ਼ੀਨ ਇੰਡੀਆ ਟੂਡੇ, ਚੰਗਾ ਲੱਗਦਾ ਜੇ ਮੇਰੇ ਮੁੱਖ ਮੰਤਰੀ ਦੀ, ਸਾਡੇ ਮੁੱਖ ਮੰਤਰੀ ਦੀ, ਇਹ ਇਕੱਲਾ ਇਹਨਾਂ ਦਾ ਮੁੱਖ ਮੰਤਰੀ ਨਹੀਂ ਹੈ, ਸਾਡਾ ਵੀ ਮੁੱਖ ਮੰਤਰੀ, ਜੇ ਫੋਟੋ ਐਸੀ ਸ਼ਾਨ ਔਰ ਸ਼ੌਕਤ ਨਾਲ ਲੱਗੀ ਹੁੰਦੀ ਆ। ਫੋਟੋ ਦੇਖੋ ਇੰਡੀਆ ਟੂਡੇ ਲਾਈ, ਮੈਨ ਇਨ ਮਡਲ, ਮਾਨ ਇਨ ਮਡਲ, ਇੰਡੀਆ ਟੂਡੇ। ਮੈਨੂੰ ਇਹ ਪੜ੍ਹ ਕੇ ਅਫਸੋਸ ਹੋਇਆ ਕਿ ਪਰੇਸ਼ਾਨੀ 'ਚ ਸਾਡੇ ਮੁੱਖ ਮੰਤਰੀ ਦਾ ਚਿਹਰਾ ਲਾਇਆ ਹੋਇਆ। ਮੈਨੂੰ ਕਹਿੰਦਾ ਕਿ ਫੋਟੋ ਕੋਈ ਮਾੜੀ ਲਾਤੀ ਹੈ ਕਿ ਇੱਕ ਪਰੇਸ਼ਾਨ ਮਾਨ ਸਾਹਿਬ ਇਨ ਟ੍ਰਬਲ, ਫਸ ਕੇ ਆ ਬੁਰੇ ਤਰੀਕੇ ਦੇ ਨਾਲ। ਮਡਲ ਮਤਲਬ ਇਹ ਹਿੰਦੁਸਤਾਨ ਦਾ ਮਸ਼ਹੂਰ ਮੈਗਜ਼ੀਨ ਹੈ। ਰਾਜਾ ਵੜਿੰਗ ਜਾਂ ਪ੍ਰਤਾਪ ਸਿੰਘ ਬਾਜਵਾ ਜਾਂ ਕਾਂਗਰਸ ਦੇ ਵਿਅਕਤੀ ਨਹੀਂ ਕਹਿ ਰਹੇ, ਕੀ ਲਿਖਿਆ ਇਹਦੇ 'ਚ? ਤੁਸੀਂ ਠੀਕ ਹੈ, ਤੁਸੀਂ ਕਹਿਤਾ ਕਿ ਸਾਰੇ ਵਾਅਦੇ ਪੂਰੇ ਕਰਤੇ, ਔਰ ਕੀ ਹੋਇਆ? ਆ ਜੋ ਹੋਇਆ ਜਨਾਲਾ ਦੇ ਵਿੱਚ, ਕੈਨ ਯੂ ਬਲੀਵ ਦੈਟ? ਕਾਂਗਰਸ ਦਾ ਸੈਸ਼ਨ ਚੱਲ ਰਿਹਾ ਸੀ ਧਾਲੀਵਾਲ ਸਾਹਿਬ, ਤਾਮਿਲਨਾਡੂ ਦੇ ਲੋਕ, ਕੇਰਲਾ ਦੇ ਲੋਕ, ਦੋਜ਼ ਆਰ ਨਾਟ ਅਵੇਅਰ ਵਾਟ ਇਜ਼ ਹੈਪਨਿੰਗ ਇਨ ਪੰਜਾਬ, ਦੇ ਫੀਲ ਦੈਟ ਦ ਸੇਮ ਜਿਹੜਾ 40 ਸਾਲ ਪੁਰਾਣਾ ਸਿਸਟਮ ਸੀਗਾ ਉਹ ਪੰਜਾਬ ਦੇ ਵਿੱਚ ਦੁਬਾਰਾ ਤਿਆਰ ਹੋ ਗਿਆ। ਰੈਡੀਕਲਸ, ਖਾਲਿਸਤਾਨੀ ਜਿਹੜੇ ਪੰਜਾਬ ਨੂੰ ਤੋੜਨਾ ਚਾਹੁੰਦੇ ਉਹ ਦੁਬਾਰੇ ਆ ਗਏ। ਮੈਨੂੰ ਸਾਰੇ ਜਿਹੜੇ ਕੇਰਲੀ ਮਲਿਆਲਮ ਬੋਲਦੇ ਸੀ ਉਹ ਪੁੱਛਦੇ ਸੀ, ਪ੍ਰਿਯ ਪੱਟਾ, ਵਾਟ ਇਜ਼ ਦਿਸ ਹੈਪਨਿੰਗ ਇਨ ਪੰਜਾਬ? ਐਂਡ ਟੂ ਬੀ ਵੈਰੀ ਓਨੈਸਟ, ਆਈ ਡੋਂਟ ਹੈਵ ਐਨੀ ਆਨਸਰ। ਕਹਿੰਦੇ ਉਹ ਤਾਂ ਸਾਰਾ ਖਰਾਬ ਹੋ ਗਿਆ। ਕਿਸ ਤਰ੍ਹਾਂ ਇੱਕ ਵਿਅਕਤੀ, ਮੈਨੂੰ ਪਤਾ ਸਰਕਾਰ ਕਿਉਂ ਸੌ ਰਹੀ ਹੈ, ਮੈਨੂੰ ਪਤਾ ਹੈ ਕਿ ਤੁਸੀਂ ਵੇਖੋ ਇੱਕ ਵਿਅਕਤੀ ਆਉਂਦਾ ਹੈ ਅਚਨਚੇਤ ਦੁਬਈ ਚੋਂ ਆ ਕੇ, ਵਿਅਕਤੀ ਨੇ ਸਿਸਟਮ ਬਣਾ ਲਿਆ ਅਚਨਚੇਤ, ਇੱਕ ਨੌਜਵਾਨ ਮੁੰਡਾ, ਤੇ ਜਾ ਕੇ ਉਹਦੀ ਦਸਤਾਰਬੰਦੀ ਰੋਡੇ ਪਿੰਡ ਮੀਥੇਅਰ ਸਾਹਿਬ ਨਹੀਂ ਹੋ ਸਕਦੀ ਸੀ। ਤੁਹਾਡਾ ਇੰਟੈਲੀਜੈਂਸ ਫੇਲੀਅਰ ਹੈ। ਇਫ ਯੂਅਰ ਇੰਟੈਲੀਜੈਂਸ ਡਜ਼ਨਟ ਨੋ ਐਨੀਥਿੰਗ, ਆਸਕ ਮੀ, ਆਈ ਵਿਲ ਟੈਲ ਯੂ ਐਵਰੀਥਿੰਗ ਵਾਟ ਇਜ਼ ਹੈਪਨਿੰਗ। ਕਿਉਂਕਿ ਪੰਜਾਬ ਦੇ, ਸੋਰੀ ਸਪੀਕਰ ਸਾਹਿਬ, ਪੰਜਾਬ ਦੇ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਸਪੀਕਰ ਸਾਹਿਬ। ਪੰਜਾਬ ਮਰ ਗਿਆ 1992 ਦੇ ਵਿੱਚ ਜਦੋਂ ਗਵਰਨਰ, ਅੱਜ ਦਿੱਲੀ ਵਾਲੇ ਗਵਰਨਰੀ ਰਾਜ ਲਾਉਣ ਨੂੰ ਫਿਰਦੇ ਹੈ। ਹਰਗਿਸ ਨਹੀਂ ਲੱਗਣ ਦਿਆਂਗੇ, ਅਸਰ ਚੁਣੀ ਹੋਏ ਲੋਕਾਂ ਦੀ ਸਰਕਾਰ ਆ, ਉਹ ਕੰਮ ਕਰੇਗੀ। ਅਸੀਂ ਗਵਰਨਰ ਰਾਜ ਦੇ ਖਿਲਾਫ ਹੈ, ਰਾਜਾ ਵੜਿੰਗ ਤੇ ਸਾਡੀ ਪਾਰਟੀ, ਕਿ ਲੋਕਾਂ ਨੇ ਇਹਨੂੰ ਬਹਿੰਦੇ ਫੈਸਲਾ ਕਰਨਗੇ। ਕੀ ਹੋਇਆ? ਮੈਨੂੰ ਇਹ ਵੀ ਪਤਾ ਹੈ ਕਿ ਕਿੱਦਾਂ ਵਿਅਕਤੀ, ਇੱਕ ਨੌਜਵਾਨ ਆ ਕੇ ਉਹਨੇ ਸਾਰਾ ਰੋਡੇ ਪਿੰਡ ਦੇ ਵਿੱਚ ਦਸਤਾਰਬੰਦੀ ਹੋ ਗਈ, ਕਿੱਦਾਂ ਹੋਇਆ? ਅੱਜ ਤੱਕ 40 ਸਾਲਾਂ 'ਚ ਨਹੀਂ ਹੋਇਆ। ਇੰਟੈਲੀਜੈਂਸੀ ਫੇਲੀਅਰ ਹੈ। ਔਰ ਤੁਹਾਨੂੰ ਪਤਾ ਨਹੀਂ, ਲਾਹੌਰ ਦੇ ਵਿੱਚ ਇੱਕ ਪੀਸੀ ਹੋਟਲ ਹੈ, ਕੁਝ ਜਿਹੜੇ ਸਲਾਹਕਾਰ ਨੇ ਉਸ ਵਿਅਕਤੀ ਦੇ, ਉਸ ਨੌਜਵਾਨ ਦੇ, ਅੰਮ੍ਰਿਤਪਾਲ ਦੇ, ਉਹ ਅਕਸਰ ਹੀ ਤਕਰੀਬਨ ਲਾਹੌਰ ਜਾਂਦੇ ਨੇ, ਤੇ ਲਾਹੌਰ ਜਾ ਕੇ ISI ਤੇ ਕੁਝ ਸਾਡੀਆਂ ਏਜੰਸੀਆਂ ਜਿਹੜੀਆਂ ਚਾਹੁੰਦੀਆਂ ਕਿ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋ ਜਾਏ, ਤੇ ਅਸੀਂ ਮੂਕ ਦਰਸ਼ਕ ਬਣ ਕੇ ਵੇਖ ਰਹੇ ਹਾਂ। ਕੁਝ ਦੇਸ਼ ਦੇ ਅੰਦਰ ਦੀਆਂ ਏਜੰਸੀਆਂ ਤੇ ਕੁਝ ਦੇਸ਼ ਦੇ ਬਾਹਰਲੀਆਂ ਏਜੰਸੀਆਂ ਮੇਰੇ ਪੰਜਾਬ ਨੂੰ ਉਜਾੜਨਾ ਚਾਹੁੰਦੀਆਂ, ਜਿਹੜਾ ਹਰਗਿਸ ਨਹੀਂ ਹੁੰਦਿਆਂਗੇ। 92 ਦੇ ਵਿੱਚ ਜਦੋਂ ਗਵਰਨਰ ਰਾਜ ਲੱਗਿਆ ਨਾ, ਬਾਜਵਾ ਸਾਹਿਬ, ਮੈਂ ਤਾਂ ਛੋਟਾ ਜਿਹਾ ਸੀ, ਇਹ ਕਹਿ ਦਿੱਤਾ ਗਿਆ ਸੀ ਕਿ ਗੋਲੀ ਮਾਰ ਕੇ ਉਡਾ ਦਿਆਂਗੇ ਜਿਹੜਾ ਚੁਣਾਵ ਲੜੇਗਾ।
ਜਿਹੜਾ ਵੋਟ ਪਾਉਣ ਆਏਗਾ ਉਹਨੂੰ ਗੋਲੀ ਮਾਰ ਕੇ ਭੁੰਨ ਦੇਵਾਂਗੇ। ਪਰ 2600 ਵੋਟਾਂ ਨਾਲ, 700 ਵੋਟਾਂ ਦੇ ਨਾਲ ਲੋਕ ਐਮਐਲਏ ਬਣੇ, 700 ਵੋਟਾਂ ਦੇ ਨਾਲ। ਜਾਨ ਦੀ ਪਰਵਾਹ ਨਹੀਂ ਕੀਤੀ, ਕੁਰਬਾਨੀਆਂ ਦਿੱਤੀਆਂ, ਸ਼ਹਾਦਤਾਂ ਦਿੱਤੀਆਂ, ਮਰ ਗਏ ਸਾਡੇ ਲੀਡਰ, ਲੇਕਿਨ ਪੰਜਾਬ ਨੂੰ ਉੱਜਣ ਤੋਂ ਬਚਾ ਲਿਆ ਉਸ ਗਵਰਨਰੀ ਰਾਜ ਜਿਹੜਾ ਲੱਗਿਆ ਸੀ। ਫਿਰ ਸਰਕਾਰ ਬਣੀ ਕਾਂਗਰਸ ਪਾਰਟੀ ਦੀ, ਆ ਜਿਹੜੇ ਬਹੁਤ ਸਾਰੇ, ਮੈਂ ਕਿਸੇ ਪਾਰਟੀ ਦਾ ਨਾਂ ਨਹੀਂ ਲੈਣਾ ਚਾਹੁੰਦਾ, ਉਦੋਂ ਆਮ ਆਦਮੀ ਪਾਰਟੀ ਤਾਂ ਹੋਂਦ ਚ ਨਹੀਂ ਸੀ। ਜਿਹੜੇ ਵੱਡੇ ਕਹਿੰਦੇ 100 ਸਾਲ, ਕੋਈ ਕਹਿੰਦਾ ਅਸੀਂ 95 ਸਾਲ, ਇਹ ਪੁਰਾਣੀਆਂ ਪਾਰਟੀਆਂ, ਇੱਕ ਵਿਅਕਤੀ ਨਹੀਂ ਆ ਕੇ ਖੜਾ ਹੋਇਆ ਪੰਜਾਬ ਦੇ ਵਾਸਤੇ, ਇਹ ਕਾਂਗਰਸ ਪਾਰਟੀ ਹੈ। ਇਸ ਕਰਕੇ ਦਰਦ ਹੋ ਰਿਹਾ ਜੋ ਅਜਨਾਲੇ ਚ ਹੋਇਆ, 40 ਸਾਲ ਅੱਤਵਾਦ ਦੇ ਸਮੇਂ ਇਸ ਮਾਰਸ਼ਲ ਪੰਜਾਬ ਦੀ ਪੁਲਿਸ ਦੇ ਇੱਕ ਡਾਕੇ ਸਾਹਮਣਾ ਕਰਕੇ ਕੁਰਬਾਨੀਆਂ ਦੇ ਕੇ ਲੜਾਈ ਲੜੀ, ਤੇ ਅੱਜ ਉਹ ਮੂੰਹ ਪ੍ਰਦਰਸ਼ਕ ਬਣ ਕੇ ਵੇਖਤਰੀ ਸਾਡੇ ਥਾਣੇ ਤੇ ਕਬਜ਼ਾ ਕਰ ਲਿਆ। ਕਦੋਂ ਕਰੋਗੇ ਗ੍ਰਿਫਤਾਰ ਅੰਮ੍ਰਿਤਪਾਲ ਨੂੰ? ਕਿਉਂ ਡਰਦੇ ਹੋ? ਅੱਜ ਆਮ ਪੰਜਾਬੀ ਇਹ ਕਹਿੰਦਾ 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 ਜੇ ਪੁਲਿਸ ਦੇ SP ਦੇ 17 ਟੰਕੇ ਲੱਗੇ ਹੈ ਤੇ ਦੂਜੇ ਵਿਅਕਤੀ ਦੀ ਹਿਫਾਜ਼ਤ ਕੌਣ ਕਰੇਗਾ? ਜੇ ਪੁਲਿਸ ਨੂੰ ਨਹੀਂ ਬਚਾ ਸਕਦਾ ਤੁਹਾਡਾ DJP ਤੇ ਤੁਹਾਡੇ ਮੁੱਖ ਮੰਤਰੀ ਤੇ ਤੁਹਾਡੀ ਸਰਕਾਰ? ਬੇਸ਼ੱਕ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਬੂਤ ਸਤਿਕਾਰ ਦੇ ਵਿੱਚ ਖੜੇ ਰੱਖੇ, ਅਗਲੇ ਦਿਨ ਕੀ ਹੋਇਆ? ਅੱਜ 12 ਦਿਨ ਹੋ ਗਏ ਨੇ। ਮੇਰੀ ਬੇਨਤੀ ਹੈ ਮੁੱਖ ਮੰਤਰੀ ਸਾਹਿਬ ਨੂੰ ਤੇ ਸਰਕਾਰ ਨੂੰ, ਕਿਰਪਾ ਕਰਕੇ ਬੰਦੀ ਕਾਰਵਾਈ ਕਰਕੇ ਫੈਸਲਾ ਲਵੋ। ਪੰਜਾਬ ਤੁਹਾਡੇ ਮੂੰਹ ਵੱਲ ਵੇਖ ਰਿਹਾ ਸੀ, ਤੁਹਾਡਾ ਸਾਥ ਦਿਆਂਗੇ, ਇੱਦਾਂ ਨਾ ਕਰੋ ਪਲੀਜ਼। ਆਪ ਦਾ ਸੋ ਮੈਨੀ ਇਸ਼ੂਜ਼, ਮੈਨੂੰ ਆਪ ਰਿਪੋਰਟ ਕਾਰਡ ਇਸੇ ਮੈਗਜ਼ੀਨ ਚ ਛਪਿਆ, ਮਾਨ ਇਨ ਮਡਲ ਦੇ ਵਿੱਚ ਹੀ ਆਪ ਰਿਪੋਰਟ ਕਾਰਡ ਛਪਿਆ। ਕੀ ਹੈ MN ਸਕੂਲ ਦੀ ਗੱਲ ਕਰਦੇ ਹੋ, ਕਹਿੰਦੇ ਜਿਹੜੇ 117 ਖੋਲਣੇ ਸੀ, ਇਹ ਜਨਵਰੀ ਚ ਹੀ ਲਾਂਚ ਕੀਤੇ ਆ ਤੁਸੀਂ, ਜਿਹੜੇ ਸਕੂਲ ਸੀਗੇ ਹਜੇ ਜਨਵਰੀ ਚ ਜਿਹੜੇ ਲਾਂਚ ਹੋਏ ਆ, ਇਹਨੂੰ ਟਾਈਮ ਲੱਗੇਗਾ, ਕਾਈਂਡਲੀ ਸਪੀਡ ਅਪ, ਅਦਰਵਾਈਜ਼ ਇਹ ਸਕੂਲ 2027 ਤੱਕ ਬਣਨੇ ਨਹੀਂ। ਪਰ ਮੈਨੂੰ ਉਮੀਦ ਹੈ, ਮੈਨੂੰ ਉਮੀਦ ਹੈ ਕਿ ਮੰਤਰੀ ਸਾਹਿਬ ਚੰਗੇ ਢੰਗ ਨਾਲ ਲੱਗੇ ਹੋਏ ਆ ਤੇ ਇਹਨਾਂ ਨੂੰ ਜਲਦੀ ਸਿਰੇ ਚੜਾ ਦੇਣਗੇ। ਤਾਜ਼ਾ ਅਪਡੇਟਸ ਔਰ ਬੜੀ ਖਬਰੋਂ ਕੇ ਲਈ ਸਬਸਕ੍ਰਾਈਬ ਕਰੇਂ ਅੱਜ ਪ੍ਰਕਾਸ਼ TV ਔਰ ਬੈਲ ਆਈਕਨ ਦਬਾਨਾ ਨਾ ਭੁਲੇ।